ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਪਰਵੀਨ ਮਸੂਦ ਪੰਜਾਬੀ ਰੇਡੀਓ ਯੂਐਸਏ ਦੇ ਸੁਣਨ ਵਾਲਿਆਂ ਨੂੰ ਦੱਸ ਦੇ ਜਾਈਏ ਕਿ ਪਾਕਿਸਤਾਨ 'ਚ ਚੋਣਾਂ ਹੋ ਗਈਆਂ ਨਤੀਜੇ ਆ ਗਏ ਹਰ ਸਿਆਸੀ ਪਾਰਟੀ ਆਪਣਾ ਆਪਣਾ ਰੰਗ ਵਹਾ ਰਹੀ ਏ ਪਰ ਸਿਆਸੀ ਅਫਰਾ ਤਫਰੀ ਅਜੇ ਨਹੀਂ ਮੁੱਕ ਰਹੀ ਪਾਕਿਸਤਾਨੀ ਸਿਆਸਤ 'ਚ ਉਸ ਵੇਲੇ ਨਵਾਂ ਰੰਗ ਬਣਿਆ ਗਿਆ ਜਦੋਂ ਡਿਪਟੀ ਕਮਿਸ਼ਨਰ 라ਵਲਪਿੰਡੀ ਡਿਵੀਜ਼ਨ ਲੈ ਕੇ ਚੱਠਾ ਹੋਰਾਂ ਦਾ ਇਹ ਬਿਆਨ ਸਾਹਮਣੇ ਆਇਆ ਕਿ ਉਹਨਾਂ ਨੇ 라ਵਲਪਿੰਡੀ ਡਿਵੀਜ਼ਨ ਯਾਨੀ 4 ਜ਼ਿਲ੍ਹਿਆਂ ਦੇ ਵਿੱਚ ਹੋਣ ਵਾਲੀਆਂ ਚੋਣਾਂ 'ਚ ਰੱਜ ਕੇ ਤਾਂਲੀ ਕੀਤੀ ਹੈ ਤੇ ਅਜੇ ਵੀ ਠੱਪੇ ਲਾਏ ਜਾ ਰਹੇ ਨੇ ਨਤੀਜੇ ਬਦਲੇ ਨੇ ਤੇ ਇਹ ਸਭ ਕੁਝ ਉਹਨਾਂ ਨੇ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਉਹਨਾਂ ਆਖਿਆ ਕਿ ਇਹ ਸਭ ਕੁਝ ਉਹਨਾਂ ਨੇ ਫੌਜ ਦੇ ਦਬਾਅ 'ਚ ਆ ਕੇ ਕੀਤਾ ਹੈ ਤੇ ਇਹ ਸਭ ਨਤੀਜੇ ਬਦਲਣ ਦੀ ਜ਼ਿੰਮੇਵਾਰੀ ਉਹਨਾਂ ਚੀਫ ਜਸਟਿਸ ਆਫ ਪਾਕਿਸਤਾਨ ਤੇ ਚੀਫ ਇਲੈਕਸ਼ਨ ਕਮਿਸ਼ਨ ਹੋਰਾਂ ਤੇ ਲਾਈ ਹੈ ਉਹਨਾਂ ਨੇ ਆਖਿਆ ਕਿ ਮੈਂ ਆਪਣੇ ਮਰਤਬੇ ਤੋਂ ਅਸਤੀਫਾ ਦੇਣਾ ਹਾਂ ਇਸ ਵੇਲੇ ਵੀ ਮੈਂ ਸਖਤ ਦਬਾਅ 'ਚ ਹਾਂ ਮੈਂ ਅੱਜ ਸਵੇਰੇ ਫਜ਼ਰ ਦੀ ਨਮਾਜ਼ ਤੋਂ ਬਾਅਦ ਸੁਸਾਈਡ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕਿਉਂਕਿ ਮੇਰਾ ਜ਼ਮੀਰ ਮੈਨੂੰ ਬਾਰ-ਬਾਰ ਮੁਲਾਮਤ ਕਰਦਾ ਪਿਆ ਹੈ ਕਿ ਮੈਂ ਬਹੁਤ ਗਲਤ ਕੀਤਾ ਹੈ ਮੈਂ ਆਪਣੇ ਮੁਲਕ ਦੇ ਮستਕਬਲ ਦੇ ਨਾਲ ਜ਼ੁਲਮ ਕਰ ਰਿਹਾ ਮੈਂ ਆਪਣੀ ਕਰਨੀ ਤੇ ਸ਼ਰਮਿੰਦਾ ਹਾਂ ਉਹਨਾਂ ਆਖਿਆ ਕਿ ਮੈਂ ਪਹਿਲਾਂ ਤਾਂ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਸੋਚਿਆ ਕਿ ਮੈਂ ਹਰਾਮ ਮੌਤ ਕਿਉਂ ਮਰਾਂ ਮੈਂ ਕਿਉਂ ਨਾ ਉਹਨਾਂ ਲੋਕਾਂ ਨੂੰ ਸਾਹਮਣੇ ਲੈ ਕੇ ਆਵਾਂ ਜਿਹੜੇ ਇਸ ਕਰਨੀ ਦੇ ਜ਼ਿੰਮੇਵਾਰ ਨੇ ਇਸ ਕਰਕੇ ਮੈਂ ਸੋਚਿਆ ਕਿ ਮੈਂ ਸਭ ਕੁਝ ਸਬਦ ਸਬਦ ਸਾਹਮਣੇ ਖੋਲ ਕੇ ਰੱਖ ਦਿਆਂਗਾ ਕੌਣ ਕੌਣ ਕਸੂਰਵਾਰ ਹੈ ਤੇ ਕੌਣ ਕੌਣ ਇਸ ਧੰਦਲੀ ਦਾ ਹਿੱਸਾ ਹੈ ਇਸ ਕਰਕੇ ਮੈਂ ਪਹਿਲਾਂ ਤਾਂ ਇਸ ਮਰਤਬੇ ਤੋਂ ਅਸਤੀਫਾ ਦੇਣਾ ਹਾਂ ਫਿਰ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਨਾ ਹਾਂ ਮੈਨੂੰ ਮੇਰੇ ਇਸ ਜੁਰਮ ਦੇ ਤਹਿਤ 라ਵਲਪਿੰਡੀ ਦੇ ਚੌਕ ਚ ਸਜ਼ਾਏ ਮੌਤ ਦਿੱਤੀ ਜਾਏ ਯਾਨੀ ਮੈਨੂੰ ਉੱਥੇ ਫਾਇਲਾ ਦਿੱਤਾ ਜਾਏ ਆਪਣੇ ਸੁਣਨ ਵਾਲਿਆਂ ਨੂੰ ਦੱਸ ਦੇ ਜਾਈਏ ਕਿ ਪਾਕਿਸਤਾਨ ਦੀ ਤਾਰੀਖ 'ਚ ਇੱਕ ਕੰਮ ਪਹਿਲੀ ਵਾਰੀ ਹੋਇਆ ਹੈ ਕਿ 20 ਗ੍ਰੇਡ ਦਾ ਕੋਈ ਆਲਾ ਬਿਊਰੋਕਰਟ ਅਫਸਰ ਇਸ ਤਰ੍ਹਾਂ ਦਾ ਇਤਰਾਫ ਕਰ ਲਵੇ। ਉਹਨਾਂ ਆਖਿਆ ਕਿ ਚੋਣਾਂ 'ਚ ਰੱਜ ਕੇ ਤਾਂਦਲੀ ਹੋਈ ਹੈ। ਆਪ ਠੱਪੇ ਲਾਏ ਗਏ ਨੇ ਤੇ ਵੋਟ ਬਣਾਏ ਗਏ ਨੇ। ਨਾਲ ਹੀ ਉਹਨਾਂ ਬਾਕੀ ਲੋਕਾਂ ਦੇ ਬਾਰੇ 'ਚ ਵੀ ਆਖਿਆ ਕਿ ਉਹਨਾਂ ਕੋਲੋਂ ਵੀ ਪੁੱਛ ਪ੍ਰਤੀਤ ਕੀਤੀ ਜਾਏ। ਉਹਨਾਂ ਚੀਫ ਇਲੈਕਸ਼ਨ ਕਮਿਸ਼ਨ ਤੇ ਚੀਫ ਜਸਟਿਸ ਆਫ ਪਾਕਿਸਤਾਨ ਦਾ ਬਕਾਇਦਾ ਤੌਰ ਤੇ ਨਾਂ ਲਿਆ ਹੈ ਤੇ ਆਖਿਆ ਹੈ ਕਿ ਉਹਨਾਂ ਕੋਲੋਂ ਵੀ ਇਸ ਬਾਰੇ ਸਵਾਲ ਪੁੱਛੇ ਜਾਣ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਮੁਲਕ 'ਚ ਹਰ ਪਾਸੇ ਥਰਥੱਲੀ ਜਈ ਮਚ ਗਈ ਹੈ ਹਰ ਕੋਈ মিডিਆ ਤੇ ਬਿਆਨਬਾਜ਼ੀ 'ਚ ਮਸਰੂਫ ਹੋ ਗਿਆ ਹੈ ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਚੀਫ ਇਲੈਕਸ਼ਨ ਕਮਿਸ਼ਨ ਹੋਰ ਆਂਦਾ ਹੀ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਲਿਆਕਤ ਚੱਠਾ ਹੋਰਾ ਦੇ ਬਿਆਨ ਨੂੰ ਰੱਦ ਕਰ ਦਿੱਤਾ ਉਹਨਾਂ ਆਖਿਆ ਕਿ ਉਹ ਲਿਆਕਤ ਚੱਠਾ ਹੋਰੀ ਜਿਹੜੇ ਨੇ ਉਹ ਝੂਠ ਬੋਲਦੇ ਪਏ ਨੇ ਚੋਨਾਂ ਦੇ ਵਿੱਚ ਕਿਤੇ ਵੀ ਤਾੰਦਲੀ ਨਹੀਂ ਹੋਈ ਇਥੇ ਉਹਨਾਂ ਦਾ ਇਹ ਵੀ ਆਖਣਾ ਸੀ ਕਿ ਲਿਆਕਤ ਚੱਠਾ ਹੋ ਰਹੀ ਐਨੇ ਦਿਨ ਕਿੱਥੇ ਸੁੱਤੇ ਰਹੇ ਉਹਨਾਂ ਨੂੰ ਐਨੇ ਦਿਨ ਉਹਨਾਂ ਦਾ ਜ਼ਮੀਰ ਕਿਉਂ ਨਹੀਂ ਜਾਗਿਆ ਉਹਨਾਂ ਐਨੇ ਦਿਨਾਂ ਬਾਅਦ ਇਹ ਬਿਆਨ ਕਿਉਂ ਦਿੱਤਾ ਇਹ ਮਾਮਲਾ ਇੰਨਾ ਕੋ ਪਖਿਆ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਹਾਮੀ ਤੇ ਆਜ਼ਾਦ ਉਮੀਦਵਾਰਾਂ ਹੋਰਾਂ ਨੇ ਵੀ ਇਤਿਜਾਜ ਕਰਨਾ ਸ਼ੁਰੂ ਕਰ ਦਿੱਤਾ ਹੈ ਇਤੇ ਉਹਨਾਂ ਦਾ ਆਖਣਾ ਸੀ ਕਿ ਅਸੀਂ ਤਾਂ ਪਹਿਲੇ ਹੀ ਰੋਲਾ ਪਾਉਂਦੇ ਸੀ ਕਿ ਮੁਲਕ ਭਰ ਦੇ ਵਿੱਚ ਚੋਣਾਂ 'ਚ ਤਾਂਧਲੀ ਕੀਤੀ ਗਈ ਹੈ ਲਿਆਕਤ ਚੱਠਾ ਹੋਰਾਂ ਦੇ ਬਿਆਨ ਤੋਂ ਬਾਅਦ ਤੋਂ ਉਹਨਾਂ ਦੇ ਅਸਤੀਫੇ ਤੋਂ ਬਾਅਦ ਹੁਣ ਨਵੇਂ ਡਿਪਟੀ ਕਮਿਸ਼ਨਰ ਨੇ ਚਾਰਜ ਸੰਭਲ ਲਿਆ ਹੈ ਜਿਨ੍ਹਾਂ ਦਾ ਨਾਂ ਹੈ ਇਰਫਾਨ ਨਵਾਜ਼ ਤੇ ਨਵੇਂ ਡਿਪਟੀ ਕਮਿਸ਼ਨਰ ਨੇ ਆਂਦਿਆਂ ਹੀ ਇਹ ਬਿਆਨ ਦਿੱਤਾ ਹੈ ਕਿ ਚੋਣਾਂ ਬਿਲਕੁਲ ਸਾਫ਼-ਸੁਥਰੀਆਂ ਹੋਈਆਂ ਨੇ ਤੇ ਚੋਣਾਂ 'ਚ ਤਾਂਧਲੀ ਨਹੀਂ ਹੋਈ ਇਸ ਅਬ ਮਾਮਲੇ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਬਿਆਨ ਮੀਡੀਆ ਤੇ ਦਿੱਤੇ ਤੇ ਆਖਿਆ ਕਿ ਹਾਂ ਚੋਣਾਂ 'ਚ ਤਾਦਲੀ ਹੋਈ ਏ ਜਦ ਕਿ ਪਾਕਿਸਤਾਨ ਮੁਸਲਿਮ ਲੀਗ ਨੂਨ ਦੇ ਸਭ ਆਗੂਆਂ ਦਾ ਕਹਿਣਾ ਹੈ ਕਿ ਚੋਣਾਂ 'ਚ ਤਾਦਲੀ ਨਹੀਂ ਹੋਈ ਬਲਕਿ ਲਿਆਕਤ ਚੱਟਾ ਹੋਰਾਂ ਦਾ ਦਿਮਾਗੀ ਹਾਲਤ ਖਰਾਬ ਏ ਤੇ ਉਹਨਾਂ ਦਾ ਬਕਾਇਦਾ ਤੌਰ ਤੇ ਚੈੱਕਅਪ ਕਰਵਾਇਆ ਜਾਏ ਕਿ ਉਹ ਜ਼ہنی ਤੌਰ ਤੇ ਠੀਕ ਨਹੀਂ ਹੈ ਜਦ ਕਿ ਲਿਆਕਤ ਚੱਟਾ ਹੋਰਾਂ ਨੇ ਕਿਸੇ ਵੀ ਪਾਰਟੀ ਦਾ ਨਾਂ ਨਹੀਂ ਲਿਆ ਕਿਸੇ ਇੱਕ ਸਿਆਸੀ ਪਾਰਟੀ ਵਾਸਤੇ ਇਹ ਤਾਦਲੀ ਹੋਈ ਏ ਪਰ ਇੱਥੇ ਚੋਰ ਦੀ ਦਾੜੀ ਜਿੱਤੇ ਲਿਆਲੀ ਗੱਲ ਹੈ ਕਿ ਨੂਨ ਲੀਗ ਇੰਨੀਆਂ ਸਫਾਈਆਂ ਕਿਉਂ ਦੇ ਰਹੀ ਹੈ ਅਪਡੇਟ ਪਾਕਿਸਤਾਨ ਤੇ ਹੁਣ ਤੱਕ ਲਈ ਇੰਨਾ ਹੀ ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ ਯੂਐਸ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਮੈਨੂੰ ਪਰਮੇਸ਼ੂਦ ਨੂੰ دی ਆਇਜ਼ਾਜ਼ਤ ਰੱਬ ਰੱਖਾ